पहला साड़ा प्रबंध भी हो गया सी, हुण साड़ा प्रबंध नहीं हैगा। ਇਸ ਨਾਲ ਹੀ ਵੱਡੀ ਜਾਂਦੇ ਜੀ, ਉਹ ਕਹਿੰਦਾ ਬਸ ਇਹਨੇ ਵੱਢ ਲਿਓ, ਕਹਿੰਦਾ ਇਹਨੇ ਵੱਢ ਲਿਓ, ਥੋੜਾ ਜੋ ਵੱਢ ਲੈਂਦਾ ਕੋ। ਪਹਿਲਾਂ ਦੋ ਟਰਾਲੀਆਂ ਇੱਥੋਂ ਲੰਘਦੀਆਂ ਹੁੰਦੀ ਸੀ, ਟਰਾਲੀ ਵੀ ਡੱਬਦੀ ਇੱਥੋਂ। ਜਾਂ ਪਾਣੀਆਂ ਬਕਾਲਾਂ ਦੇ ਟੁੱਟ ਜਾਂਦਾ ਤਾਂ ਸਭ ਹੀ ਆ ਜਾਂਦੇ ਇੱਥੇ, ਅਫਸਰ ਵੀ ਆ ਜਾਂਦੇ, ਮੌਫਰ ਵੀ ਆ ਜਾਂਦਾ। ਮੌਜੂਦਾ ਐਮਐਲਏ ਨੇ ਕੋਈ ਆਪਣੀ ਟੀਮ ਭੇਜੀ? ਨਹੀਂ, ਕੋਈ ਨਹੀਂ ਆਇਆ। गरीब जनता बन्ने ते जाती है, अच्छा जट जिमीदार पिछे हो जाते हैं तो साढ़े वर्ग मोहरे कर देने। एम उधर आई सी, कहना मतलब एमएलए साहब आई सी, पर उधर आई सी तो सत श्री अकाल जी। इस वक्त असीं सरदूलगढ़ ਸ਼ਹਿਰ ਦੇ ਵਾਰਡ ਨੰਬਰ 4 ਦੇ ਵਿੱਚ ਆ, ਪੁਰਾਣਾ ਪੀਰਖਾਨੇ ਵਾਲਾ ਇਹ ਏਰੀਆ ਵੱਜਦਾ ਗਾ। ਤੁਹਾਨੂੰ ਇੱਥੋਂ ਦੇ ਮੌਜੂਦਾ ਹਾਲਾਤ ਦਿਖਾਵਾਂਗੇ। ਹੋ ਸਕਦਾ ਤੁਸੀਂ ਵੀਡੀਓ ਇਹ ਸ਼ਾਮ ਨੂੰ ਦੇਖ ਰਹੇ ਹੋ, ਪਰ ਮੈਂ ਇਸ ਵਕਤ ਜਿਹੜਾ 11:30 ਦਾ ਟਾਈਮ ਆ ਤੇ 3 ਵਜੇ ਇੱਥੇ ਜਿਹੜਾ ਬੰਨ ਟੁੱਟਦਾ ਗਾ ਘੱਗਰ ਦਾ ਸੋਹਾ। ਤਸਵੀਰ ਤੁਸੀਂ ਦੇਖ ਸਕਦੇ ਹੋ, ਦੂਰ ਦੂਰ ਤੱਕ ਤਸਵੀਰਾਂ। ਹਾਲਾਂਕਿ ਇੱਥੋਂ ਦੇ ਜਿਹੜੇ ਲੋਕ ਆ ਉਹ ਇਹ ਦੱਸਦੇ ਆ ਵੀ 88 ਜਾਂ 90 ਵੇਲੇ ਪਾਣੀ ਆਇਆ ਗਾ। ਪਰ ਹੁਣ ਅਸੀਂ ਇਹਨਾਂ ਤੋਂ ਮੌਜੂਦਾ ਹਾਲਾਤ ਪੁੱਛਦੇ ਹਾਂ ਵੀ ਕੀ ਆ ਪ੍ਰਸ਼ਾਸਨ ਦੀ ਕਿਹੋ ਜਿਹੀ ਕਾਰਜਕਾਰੀ ਆ, ਜਾਂ ਪ੍ਰਸ਼ਾਸਨ ਇਹਨਾਂ ਦੇ ਨਾਲ ਖੜਾ ਗਾ, ਇਹਨਾਂ ਕੋਲੇ ਮਿੱਟੀ ਪਹੁੰਚੀ ਆ, ਜਾਂ ਕਿਹੋ ਜਿਹਾ ਉਹ ਜਿਹਾ ਪ੍ਰਬੰਧ ਹੋਇਆ ਗਾ, ਕੋਈ ਇਹਨਾਂ ਨੂੰ ਅਲਰਟ ਜਾਰੀ ਕੀਤਾ ਗਿਆ ਜਾਂ ਨਹੀਂ। ਹਾਂਜੀ ਬਾਈ ਜੀ, ਕੀ ਕਹਿਣਾ ਗਾ, ਕੀ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ? हो रही है, देख लो, हालत ही देख लो, हालत देख लो। भी पहला साड़ा प्रबंध भी हो गया सी, हुण साड़ा प्रबंध नहीं हैगा। भी हुण मिट्टी पानी चाहिदी है कि भाई मुंडे साडे लगणगे, भी जे हुण ट्रैक्टर लगा होणगे या फेर ही लगणगे। हुण जे कोई प्रबंध ही नहीं होगा। थोड़ा ये दस्सो भी पानी कितने बजे आया है? 3:30 ਵਜੇ ਆਈ ਸਵੇਰੇ। ਹਾਂ ਸਵੇਰੇ 3:30 ਵਜੇ ਗਏ ਵੀ ਸੀ, ਬੰਨਾ ਬੰਦ ਨਹੀਂ ਹੋਇਆ, ਬੰਨੇ ਖਾ ਲਏ ਜੱਟਾਂ ਨੇ। ਉਹ ਪਤਾ ਕੀ ਹੋ ਗਿਆ, ਉਹ ਸਾਈਕਲ ਨਹੀਂ ਟੱਪਦਾ ਜੀ ਉੱਥੋਂ। ਪਹਿਲਾਂ ਸਰਦੂਲ ਆਪਣਾ ਭੂੰਦੜ ਦੇ ਪਰਲੇ ਪਾਸੇ ਦੇਖ ਲਓ, ਸਾਰਾ ਕੁਝ ਟੱਪਦਾ, ਟਰੈਕਟਰ ਵੀ ਟੱਪਦਾ, ਟਰਾਲੀ ਵੀ ਟੱਪਦੀ ਆ। ਇਹ ਤਾਂ ਖਾ ਗਏ, ਫਿਰ ਹੁਣ ਆਪ ਹੀ ਉਹਨਾਂ ਦੇ ਹੋ ਰਿਹਾ। ਜਿਹੜੇ ਆਹ ਬੰਨ ਦੇ ਉੱਤੇ ਸੀ ਖੜਾਂਗੇ, ਸੁਖਮਨ ਤੈਨੂੰ ਪਿੱਛੇ ਹੋ ਕੇ ਦਿਖਾ, ਇਹ ਕਿੰਨਾ ਕੁ ਚੌੜਾ ਸੀ ਪਹਿਲਾਂ? 30 ਫੁੱਟ ਚੌੜਾ ਸੀ ਤੇ ਹੁਣ ਇਹ ਆ, ਹੁਣ ਦੇਖ ਲਓ ਜੀ ਤੁਸੀਂ, ਇੰਨਾ ਛੋਟਾ ਕਿਵੇਂ ਰਹਿ ਗਿਆ ਇਹ? ਹੁਣ ਦੇਖ ਲਓ ਜੀ, ਬਸ ਖਾ ਗਏ, ਬੜਬੜ ਖਾਈ ਜਾਂਦੇ ਆ। ਦੂਜੇ ਦੀ ਰੀਸ ਨਾਲ ਹੀ ਵੱਢੀ ਜਾਂਦੇ ਜੀ, ਉਹ ਕਹਿੰਦਾ ਬਸ ਇਹਨੇ ਵੱਢ ਲਿਓ, ਕਹਿੰਦਾ ਇਹਨੇ ਵੱਢ ਲਿਓ, ਥੋੜਾ ਜੋ ਵੱਢ ਲੈਂਦਾ ਕੋ। ਬੰਨ ਦੇ ਹਾਲਤ ਦੇਖ ਲਓ ਜੀ, ਆਹ ਹੁਣ 30 ਫੁੱਟ ਚੌੜਾ ਸੀਗਾ। ਹੁਣ ਪਹਿਲਾਂ ਦੋ ਟਰਾਲੀਆਂ ਇੱਥੋਂ ਲੰਘਦੀਆਂ ਹੁੰਦੀ ਸੀ, ਇੱਕ ਟਰਾਲੀ ਵੀ ਟੱਪਦੀ ਇੱਥੋਂ, ਟਰੈਕਟਰ ਵੀ ਟੱਪ ਦਿੰਦੇ, ਦੂਰੇ ਦੂਰੇ ਟਰੈਕਟਰ ਟੱਪ ਦਿੰਦੇ। ਹੁਣ ਦੇਖ ਲਓ ਕੀ ਟੱਪਦਾ। 3 ਵਜੇ ਤੋਂ ਬਾਅਦ ਦੀ ਗੱਲ ਕਰੀਏ, ਕੋਈ ਡੀਸੀ ਲੈਵਲ ਦਾ ਅਧਿਕਾਰੀ, ਈਓ, ਕੋਈ ਐਸਡੀਐਮ, ਕੋਈ ਨਹੀਂ ਆਇਆ, ਕੋਈ ਨਹੀਂ ਆਇਆ ਇੱਥੇ। ਨਹੀਂ ਕੋਈ ਬੱਚਾ ਨਹੀਂ ਆਇਆ ਜੀ। ਦੋ ਪੁਲਿਸ ਮੁਲਾਜ਼ਮ ਜ਼ਰੂਰ ਆਏ ਸੀ, ਉਹ ਵੀ ਕਾਂਸਟੇਬਲ ਸੀਗੇ। ਕਿਹੜੇ ਸੀ ਵਿਚਾਰੇ? ਉਹ ਦੋ ਆਏ ਸੀ, ਉਹ ਵੀ ਮੋਟਰਸਾਈਕਲ ਤੇ ਆਏ ਸੀਗੇ। ਬਸ ਉਹ ਨਾਲ ਦੀ ਨਾਲ ਆ ਕੇ ਗੇੜਾ ਦੇ ਕੇ ਮੁੜ ਕੇ ਬਸ ਇੱਥੇ। ਹੋਰ ਕੋਈ ਨਹੀਂ ਆਇਆ, ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ। ਜਾਂ ਬਾਣੀਆਂ ਬਕਾਲਾਂ ਦੇ ਟੁੱਟ ਜਾਂਦਾ ਤਾਂ ਸਭ ਹੀ ਆ ਜਾਂਦੇ ਇੱਥੇ, ਅਫਸਰ ਵੀ ਆ ਜਾਂਦੇ, ਮੌਫਰ ਵੀ ਆ ਜਾਂਦਾ ਤੇ ਗੁਰਦੀਪ ਆਪਣਾ ਸਾਰੇ ਆ ਜਾਂਦੇ ਇੱਥੇ। ਮੌਜੂਦਾ ਐਮਐਲਏ ਨੇ ਕੋਈ ਆਪਣੀ ਟੀਮ ਭੇਜੀ? ਨਹੀਂ, ਕੋਈ ਨਹੀਂ ਆਇਆ। ਐਮਐਲਏ ਗੁਰਪ੍ਰੀਤ ਬਣਾਲੀ? ਨਹੀਂ ਆਇਆ, ਨਹੀਂ ਆਇਆ। ਇਸ ਟਾਈਮ ਪਰ ਇੱਥੇ ਕੋਈ ਨਹੀਂ ਆਇਆ, ਇਸ ਬੰਨੇ ਤੇ ਕੋਈ ਵੀ ਜਾਇਜ਼ਾ ਕਰਨ ਨਹੀਂ ਆਇਆ ਵੀ ਕੀ ਹੋਇਆ ਕੀ ਨਹੀਂ ਹੋਇਆ, ਕਿਵੇਂ ਪਾਣੀ ਨਾਲ ਝੁਲਸੀ ਜਾਂਦੇ ਨੇ। ਕੋਈ ਮਤਲਬ ਹੋਕਾ ਕੋਈ ਅਲਰਟ ਵੀ ਨਹੀਂ ਜਾਰੀ ਹੋਇਆ? ਵੀ ਅਲਰਟ ਜ਼ਰੂਰ ਹੋਇਆ ਜੀ, ਉਹ ਜ਼ਰੂਰ ਲੌਸਮੈਂਟ ਕੀਤੇ ਬਾਬਾ ਜੀ ਨੇ ਵੀ ਇੱਥੇ ਬੰਨਾ ਟੁੱਟ ਗਿਆ, ਇੱਥੇ ਆ ਹੋ ਗਿਆ ਜੀ, ਫਲਾਣਾ ਹੋ ਗਿਆ। ਗਰੀਬ ਅੱਛਾ ਮੰਨ ਲਾ ਇਹਨਾਂ ਦਾ ਬਾਣ ਨਾਲ ਲੱਗਦਾ ਹੈ। ਇਹ ਸਵੇਰੇ ਹਰਾ ਵੱਢੀ ਗਏ ਨੇ ਸਾਰਾ ਟੱਬਰਾਂ, ਇਹਨਾਂ ਨੇ ਉੱਥੇ ਬੰਨੇ ਜਾ ਕੇ ਨਹੀਂ ਦੇਖਿਆ। ਨਾਲੇ ਇਹਨਾਂ ਦਾ ਘਰ ਵਿੱਚ ਲੱਗਦਾ, ਇਹ ਇੱਥੇ ਹਰਾ ਵੱਢੀ ਗਏ ਨੇ। ਮੈਂ ਅਸੀਂ ਵੀ ਦੇਖੀ ਆ, ਮੈਂ ਕਿਹਾ ਯਾਰ ਇੱਥੇ ਸਾਰਾ ਟੱਬਰ ਹਰਾ ਵੱਢੀ ਜਾਂਦਾ, ਮੈਂ ਕਿਹਾ ਬੰਨੇ 'ਤੇ ਨਹੀਂ ਗਿਆ। ਗਰੀਬ ਜਨਤਾ ਬੰਨੇ 'ਤੇ ਜਾਂਦੀ ਆ, ਅੱਛਾ ਜੱਟ ਜ਼ਿਮੀਂਦਾਰ ਪਿੱਛੇ ਹੋ ਜਾਂਦੇ ਨੇ ਤੇ ਸਾਡੇ ਵਰਗਾ ਮੋਹਰੇ ਕਰ ਦਿੰਦੇ ਨੇ। ਕਾਹਦੇ ਪਿੱਛੇ ਕਰਦੇ ਜੀ? ਆਪਣੇ ਵਰਗੇ ਭੁੱਖੇ ਮਰਦੇ ਨੇ, ਫਿਰ ਭੁੱਖੇ ਮਰਦੇ ਤਾਂ ਕਰਕੇ ਉਹ ਕਰਦੇ ਨੇ ਬਾਈ। ਜਿਹੜੀ ਇਹ ਆ ਵੱਢਿਆ ਗਿਆ ਹੈਗਾ, ਇਹ ਖੇਤਾਂ ਵਾਲਿਆਂ ਵੱਲੋਂ ਵੱਢਿਆ ਗਿਆ, ਖੇਤਾਂ ਵਾਲੇ ਵੱਢਿਆ ਗਿਆ ਜੀ, ਹੌਲੀ-ਹੌਲੀ ਕਰਕੇ। ਹਾਂ ਬਸ ਹੌਲੀ-ਹੌਲੀ ਕਰਕੇ ਹੋਈ ਕਾਰਨ ਖੇਤਾਂ ਵਾਲੇ। ਅਸੀਂ ਤਾਂ ਹੁਣ ਵੀ ਨਹੀਂ ਖਲਾਸ। ਸੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਪੂਰਾ ਰਹਿਸ਼ੀ ਇਲਾਕਾ ਦਾ। ਸੁਖਵੰਤ ਇਧਰਲੇ ਪਾਸੇ ਮਗਰਲੇ ਪਾਸੇ ਤਸਵੀਰਾਂ ਦਿਖਾਓ ਆਪਦੇ। ਸੋ ਇਹ 11:30 ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ। ਲੋਕ ਇਹ ਵੱਡੇ ਇਲਜ਼ਾਮ ਲਾ ਰਹੇ ਨੇ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ, ਦੋ ਪੁਲਿਸ ਵਾਲੇ ਹੀ ਆਏ ਗਏ। ਹਾਲਾਂਕਿ 3 ਵਜੇ ਦਾ ਸਵੇਰੇ 3:30 ਵਜੇ ਦਾ ਇਹ ਜਿਹੜਾ ਹੈਗਾ ਬੰਨ ਉਹ ਟੁੱਟਿਆ ਹੋਇਆ ਹੈਗਾ। ਤੇ ਬੰਨ 3 ਵਜੇ ਤੋਂ ਲੈ ਕੇ ਤੁਸੀਂ 11 ਵਜੇ ਤੱਕ ਦੀ ਇਹ ਜਿਹੜੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਦੇਖ ਸਕਦੇ ਹੋ ਵੀ ਸਾਰਾ ਜਿਹੜਾ ਸ਼ਹਿਰ ਆ ਸਰਦੂਲਗੜ੍ਹ ਸ਼ਹਿਰ ਆ ਉਹ ਡੈੱਡ ਲਾਈਨ ਦੇ ਉੱਤੇ ਇੱਕ ਹਿਸਾਬ ਦੇ ਨਾਲ। ਤਾਂ ਜਿੱਥੇ ਸਾਨੂੰ ਲੱਗ ਰਿਹਾ ਹੈਗਾ ਇਹ ਇਲਾਕਾ ਵੀ ਨੀਵਾਂ ਗਾ। ਬਾਈ ਜੀ ਕੀ ਲੱਗਦਾ ਗਾ, ਜੇ ਬੰਨ ਇੱਧਰ ਨੂੰ ਆਉਂਦਾ ਗਾ ਤਾਂ ਸਰਦੂਲਗੜ੍ਹ ਸ਼ਹਿਰ ਦਾ ਕੀ ਬਣੂ? ਸਰਦੂਲਗੜ੍ਹ ਸਾਰਾ ਡੁੱਬ ਜੂਗਾ ਜੀ। ਹਾਂ ਨੀਵੇਂ ਹੈ ਜੀ, ਪਹਿਲਾਂ ਗਰੀਬ ਜਨਤਾ ਡੁੱਬੂਗੇ ਇੱਥੋਂ, ਉਸ ਤੋਂ ਬਾਅਦ ਸ਼ਹਿਰ ਨੂੰ ਜਾਊਗਾ ਵੱਡੇ ਨੂੰ ਜੀ, ਉਦੋਂ ਬਾਅਦ ਬਾਣੀਆਂ ਬਕਾਲੋਗੇ। ਇਸ ਤਾਂ ਸਰਕਾਰ ਅੱਗੇ ਇਹੀ ਅਪੀਲ ਕਰਦੇ ਆ भी जो ये बन टुटेगा हाँ इसका प्रबंध किया जाए कि शहर को बचाया जाए। एक भाई होर दसो, पंजाब के मुख्य मंत्री कहते भी घग्गर की असीं सफाई करी ही चंगी तरह, 2 महीने पहले ही कहते सफाई कराती, सफाई हुई सी घग्गर च? नहीं जी, नहीं हुई सर, नहीं हुई, नहीं सर कोई सफाई नहीं हुई। पिछो पुछो हुई होवे शहर के लागे ताके दा पुल बने, कोई सफाई वगैरह नहीं हुई। असि नहीं देखा, नहीं चलदी हुंदी मशीनां, असि इत्थे दे रहण वासी है जी हैं। इत्थे पता लगदा सानू भी आह डूंगी होई जांदी है जां कह दीए कोई बूटी बाटी जां केली कुली कड्डी गई होवे विचों घग्गर दे, उम्मी सी बुरा हाल। इत्थे तां पहले नहीं रहिंदियां जी, इत्थे तां केली पहले नहीं खड़दी, इत्थे ना कोई सफाई हुंदी देखी है असि। सरदूलगढ़ तो की हालात लगते हैं? हालात तो एक बार काफी वही है, कहने का मतलब कह सकते हैं आप नाजुक ही है जी, नाजुक है हाँ। तो कोई शहर दे विच कोई अलर्ट अलूट जारी कीता, कोई आया इत्थे प्रशासन दा बंदा? मैं भी चलो सुबह आई सी, वैसे तां एसडीएम उधर आई सी, कहना मतलब एमएलए साहब आई सी हां, ते पर उधर आई सी ते इना गणी ए किवें एक तो पाकिस्तान तो आए पिया नहीं, पाकिस्तान तो नहीं आपां कह सकदे, पर मैं तां आप हुणे आया ना, हुण आके देखदे जदों ए कह रहे आ भी आए नहीं तां हो सकदा इधर ना ही आए हुण हां ऐ हो सकदा। भाई जी इधरों ਬਾਈ ਹੁਣੇ ਦੱਸ ਰਹੇ ਆ ਵੀ ਵਿਧਾਇਕ ਸਾਹਿਬ ਜਾਂ ਐਸਡੀਐਮ ਸਾਹਿਬ ਵੀ ਉਧਰ ਤਾਂ ਆਏ ਸੀ, ਇੱਧਰ ਇਹ ਤੁਸੀਂ ਕਿਵੇਂ ਬਾਹਰੋਂ ਬੂਰੋਂ ਆ ਕਿ ਕਿਤੋਂ ਹੋਰ ਆਏ? ਸਾਰੇ ਲੋਕਲ ਰਹਿਣ ਵਾਲੇ ਜੀ ਇੱਥੇ, ਸਾਰੇ ਲੋਕਲ ਨੇ ਆ ਰਹੇ ਸਾਡੇ ਘਰ। ਅਸੀਂ ਸਵੇਰੇ 3:30 ਵਜੇ ਦੇ ਦੌਰੇ ਖੜੇ ਆ, ਅਸੀਂ 3:30 ਵਜੇ ਦੇ ਦੌਰੇ ਖੜੇ ਆ। ਇਹ ਤਾਂ ਨਹੀਂ ਵੀ ਹਰਿਆਣੇ ਚ ਤੋਂ ਨਹੀਂ ਆ ਕਿ ਮੈਂ ਘਰੇ ਲੈ ਚੱਲਾਂ ਤੁਹਾਨੂੰ ਆ ਰਹੇ ਮੇਰਾ ਘਰ, ਆਜੋ ਮੇਰੇ ਘਰੇ ਆਜੋ ਨਾਲੇ ਪਾਣੀ ਪੂਣੀ ਪੀ ਲਿਓ। ਜਿਹੜਾ ਕਹਿੰਦਾ ਉਹਨੂੰ ਮੂਹਰੇ ਤੇ ਆ ਕੇ ਆਓ, ਕਈ ਉਹਨੂੰ ਉਧਰ ਕੀ ਰੱਖਿਆਗਾ ਉਰੇ ਦਾ। ਫਿਰ ਤੁਹਾਨੂੰ ਕੀ ਲੱਗਦਾਗਾ ਵੀ ਵਿਤਕਰਾ ਕਿਉਂ ਹੋ ਰਿਹਾ ਹੈ, ਕੀ ਚੱਲ ਰਿਹਾ ਹੈ? ਇਹ ਤੁਸੀਂ ਐਂ ਦੱਸੋ ਵੀ ਤੁਹਾਨੂੰ ਕਹਿ ਕਿਹੜਾ ਰਿਹਾ ਵੀ ਇੱਧਰ ਕੋਈ ਆਇਆ ਪ੍ਰਸ਼ਾਸਨ ਦਾ ਬੰਦਾ ਇੱਧਰ ਆਇਆ ਗੇੜਾ ਮਾਰਨਾ? ਜਿਹਦਾ ਕਿੱਲੇ ਵਾਲਾ ਉਹਦਾ ਜ਼ੋਰ ਆ, ਜਿਹਦਾ ਕਿੱਲੇ ਵਾਲਾ ਹੈ ਨਹੀਂ ਉਹਦਾ ਨਹੀਂ ਹੈਗਾ। ਉਸ ਉਧਰ ਦੀ ਪਰਲੇ ਵਿਹੜੇ ਨੂੰ ਸੜਕ ਜਾਂਦੀ ਹੈ, ਉਧਰੋਂ ਸੜਕ ਤੋਂ ਦੀ ਆਏ ਹੋਣਗੇ। ਸੁਣੋ ਮੇਰੀ ਗੱਲ ਜੀ, ਉਧਰ ਸੜਕ ਤੋਂ ਦੀ ਆਏ ਹੋਣਗੇ, ਸਾਨੂੰ ਕੀ ਪਤਾ ਲੱਗਦਾ? ਜਦੋਂ ਪਤਾ ਵੀ ਪਾਣੀ ਇੱਧਰ ਵੀ ਹੈ ਤਾਂ ਗੇੜਾ ਇੱਧਰ ਵੀ ਮਾਰਨਾ ਚਾਹੀਦਾ ਨਾ। ਫਿਰ ਸਾਡੇ ਘਰ ਆ ਰਹੇ ਆਜੋ ਮੇਰੇ ਨਾਲ ਗਲੀ ਚ ਆਜੋ, ਚਾਹ ਪੀਣੀ ਹੈ ਚਾਹ ਪੀ ਲਓ ਆ ਕੇ, ਠੀਕ ਆ। ਸਾਨੂੰ ਕਿਸੇ ਦੀ ਪੁੱਛ ਗਿੱਛ ਕੀਤੀ ਨਹੀਂ ਸਾਡੇ ਕਿਸੇ ਨਾਲ ਹੈਗਾ ਬਾਈ ਵੀ ਅਸੀਂ ਉਹਦੇ ਨਾਲ ਮਿੱਟੀ ਪਾ ਲਾਂਗੇ। ਸਾਡਾ ਤਾਂ ਇੰਨਾ ਖਾਗਾ ਵੀ ਜੇ ਟਰੈਕਟਰ ਟਰਾਲੀਆਂ ਭੇਜਣਗੇ ਤਾਂ ਸਾਡੇ ਜਵਾਕ ਨਾਲ ਲੱਗ ਸਕਦੇ ਨਾ, ਜਵਾਕ ਲੱਗਣਗੇ ਨਾਲ। ਇੱਥੇ ਕੀ ਅਸੀਂ ਤਾਂ ਆਪਦੇ ਮਸਲੇ ਨੂੰ ਰੋਈ ਜੰਨੇ ਆ ਜੀ। ਸੋ ਇਹ ਤਸਵੀਰ ਆ, ਤੁਸੀਂ ਤਸਵੀਰ ਦੇਖ ਸਕਦੇ ਹੋ। ਖਾਸ ਕਰਕੇ ਅਸੀਂ ਗੱਲ ਕਰਦੇ ਆ ਜਦੋਂ ਵੋਟਾਂ ਵੇਲੇ ਸ਼ਾਇਦ ਇਨ੍ਹਾਂ ਹੀ ਮੁਹੱਲਿਆਂ ਦੇ ਵਿੱਚ, ਇਨ੍ਹਾਂ ਹੀ ਘਰਾਂ ਦੇ ਵਿੱਚ ਜ਼ਿਆਦਾ ਜਿਹੜੀ ਆਪਾਂ ਕਹਿ ਦਈਏ ਵੀ ਭੱਜ ਨੱਸ ਲੀਡਰਾਂ ਵੱਲੋਂ ਕੀਤੀ ਜਾਂਦੀ ਆ, ਪਰ ਹੁਣ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ, ਕੋਈ ਇਹਨਾਂ ਦੀ ਸਾਰ ਨਹੀਂ ਲੈ ਰਿਹਾ। ਅਸੀਂ ਥੋੜੀਆਂ ਜਿਹੀਆਂ ਤਸਵੀਰਾਂ ਅੱਗੇ ਤੋਂ ਵੀ ਦਿਖਾਵਾਂਗੇ, ਤੁਹਾਨੂੰ ਅੱਗੇ ਤੋਂ ਵੀ ਤਸਵੀਰਾਂ ਦਿਖਾਵਾਂਗੇ ਵੀ ਬਹੁਤ ਜਿਹੜੇ ਹਾਲਾਤ ਆ ਉਹ ਨਾਜ਼ੁਕ ਬਣੇ ਹੋਏ ਆ, ਲੋਕਾਂ ਦੀ ਜਾਨ ਤੇ ਬਣੀ ਹੋਈ ਆ। ਪਰ ਜਿਹੜਾ ਪ੍ਰਸ਼ਾਸਨ ਦਾ ਹਜੇ 11 ਵਜੇ ਤੱਕ ਕੋਈ ਵੀ ਬੰਦਾ ਨਹੀਂ ਜੀ, ਉਹ ਤੁਸੀਂ ਦੇਖ ਸਕਦੇ ਹੋ। ਪਾੜ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇੱਧਰ ਬਿਲਕੁਲ ਸਾਹਮਣੇ ਤੁਹਾਨੂੰ ਨਜ਼ਰ ਆਊਗਾ। 3:30 ਵਜੇ ਸੁਬਾਹ ਇਹ ਪਾੜ ਪੈਂਦਾ ਹੈਗਾ ਤੇ ਉਸ ਤੋਂ ਬਾਅਦ ਇਹ ਨਾਲ ਲੱਗਦੇ ਏਰੀਏ ਦੇ ਵਿੱਚ ਕੀ ਹਾਲਾਤ ਨੇ, ਕਿਵੇਂ ਬਾਈ? ਕੋਈ ਹੋ ਰਿਹਾ ਪਾੜ ਪੂੜ ਨੂੰ ਭਰ ਰਹੇ ਆ? ਕੋਈ ਲੱਗੇ ਸੀਗੇ ਜੀ ਪਹਿਲਾਂ ਭਰਨ, ਘੱਟੋ ਘੱਟ ਵੀ 4-5 घंटे लगे रहे। प्रशासन लग गया के लोग? प्रशासन लोग लग गए जी, लोग लगे ने रोड़की दे सी, इत्थों भी सीगे, ये भी भरी गए मुंडे जेडे सारे जी। ਵੱਧ ਤੋਂ ਵੱਧ ਮੰਨ ਕੇ ਵੀ ਪਾੜ ਭਰਿਆ ਨਹੀਂ ਗਿਆ ਜੀ, ਬਹੁਤ ਮੱਥਾ ਮਾਰਿਆ ਪ੍ਰਸ਼ਾਸਨ ਦਾ। ਕੋਈ ਕੰਟਰੋਲ ਚ ਆ ਜਾਊਗਾ ਕੰਮ ਕਿ ਨਹੀਂ? ਮੁਸ਼ਕਿਲ ਹੈ ਜੀ, ਕਿਉਂਕਿ ਇਹ ਪਾਣੀ ਅੱਗੇ ਰੋੜਕੀ ਪਿੰਡ ਹੈ, ਰੋੜਕੀ ਪਿੰਡ ਨੂੰ ਹੋ ਰਿਹਾ ਹੈ। ਇਹ ਬੰਨਾ ਨਾਲ ਮਿੱਟੀ ਲਾਈ ਜਾਂਦੇ ਜੀ, ਪੰਜਾਬ ਚ ਇਹ ਮਿੱਟੀ ਲਾਈ ਜਾਂਦੇ ਨੇ। ਰੋੜਕੀ ਵਾਲਿਆਂ ਨੇ ਬੰਨ ਲਾਤਾ, ਲਾਈ ਜਾਂਦੇ ਆ ਵੈਸੇ ਤਾਂ ਉਹ, ਤਾਂ ਪਿੰਡ ਨੂੰ ਪਾਣੀ, ਇਹ ਸ਼ਹਿਰ ਨੂੰ ਪਾਣੀ ਆਊਗਾ। ਹਾਂ ਇਹ ਚੜਜੂ ਪਾਣੀ ਚੜੂਗਾ ਜੀ, ਪਾਣੀ ਸ਼ਹਿਰ ਨੂੰ ਆਊ ਪਾਣੀ। ਤੁਹਾਡੇ ਐਮਸੀ ਐਮਸੀ ਕਿੱਥੇ ਨੇ ਫਿਰ? ਪਤਾ ਨਹੀਂ ਜੀ, ਐਮਸੀ ਦਾ ਕੋਈ ਪਤਾ ਹੀ ਨਹੀਂ ਜੀ। ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਕਰ ਰਿਹਾ ਪ੍ਰਸ਼ਾਸਨ, ਆ ਖੜਿਆ ਡੁੱਬਾਂਗੇ। ਇਹ ਵਾਰਡ ਦਾ ਐਮਸੀ ਕੌਣ ਆ? ਨਾਮ ਪਤਾ ਕੁਛ? ਪ੍ਰਸ਼ਾਸਨ ਇੱਥੇ ਕੋਈ ਨਹੀਂ ਖੜ ਰਿਹਾ ਸਾਡੇ ਨਾਲ ਪ੍ਰਸ਼ਾਸਨ ਕੋਈ ਨਹੀਂ ਖੜਦਾ, ਨਾ ਕੋਈ ਐਮਐਲਏ ਨਾ ਕੋਈ। ਹਾਂ ਪੁਲਿਸ ਜ਼ਰੂਰ ਖੜੀ ਹੈ ਬਾਕੀ ਘਰ ਜਮਾ ਨਾਲ ਆ ਗਿਆ। ਕੋਈ ਨਹੀਂ ਸੇਵਾ ਮਤ ਹੈ ਜੀ, ਕੋਈ ਨਹੀਂ ਕਰ ਰਿਹਾ ਜੀ। ਸੜਕ ਤੇ ਜਾਣਾ ਉਹ ਪ੍ਰਸ਼ਾਸਨ ਹੁੰਦਾ ਤੇ ਪਾੜ ਜ਼ਰੂਰ ਬੰਨਿਆ ਜਾਂਦਾ ਜੀ। ਨਾ ਪ੍ਰਸ਼ਾਸਨ ਹੈ ਹੀ ਨਹੀਂ ਸੀ ਜੀ, ਕੋਈ ਮਸ਼ੀਨ ਮੁਹੱਈਆ ਕਰਵਾ ਦਿੰਦੇ ਤਾਂ ਉਹ ਬੰਨਿਆ ਜਾਂਦਾ ਪਾੜ ਜੀ, ਮਸ਼ੀਨ ਮਿਲੀ ਨਹੀਂ। ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਗੱਲਬਾਤ ਆ ਸਾਰੀ ਅਸੀਂ ਤੁਹਾਨੂੰ ਦਿਖਾਈ ਆ। ਸਰਦੂਲਗੜ੍ਹ ਇਸ ਵਕਤ ਅਸੀਂ ਫਿਰ ਇੱਕ ਵਾਰੀ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਵੀ ਇੱਕ ਹਿਸਾਬ ਦੇ ਨਾਲ डेंजर जोन ते आ सरदूलगढ़ शहर ते असीं प्रशासन नूं भी अपील करदे आं भी इत्थे जल्दी तो जल्दी जिहड़ा पहुंचा जावे, पहुंच कीती जावे, थोड़ा जिहा होर तेजी दिखाई जावे क्योंकि लोकां दी जान ते बनी हुई आ। इस खबर दे नाल असीं बने रहांगे, तुसीं देखदे रहो टॉक विद रतन। धन्नवाद जी।